ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਅਮੈਰੀਕਾ ਦੀ ਓਹਾਇਓ ਸਟੇਟ ਦੇ ਵਿੱਚ ਆਏ ਹਾਂ ਅਤੇ ਸਨਸਨੈਟੀ ਸ਼ਹਿਰ ਹੈਗਾ ਇੱਥੋਂ ਦਾ। ਅਸੀਂ ਸਨਸਨੈਟੀ ਦਾ ਜ਼ੂ ਦੇਖਣ ਚੱਲੇ ਹਾਂ। ਬਹੁਤ ਵਧੀਆ ਚਿੜੀਆ ਘਰ ਹੈਗਾ ਅਤੇ ਮੌਸਮ ਬੜਾ ਸੁਹਾਵਣਾ ਹੈਗਾ, ਗਰਮੀ ਦਾ ਮੌਸਮ ਇਸ ਵਕਤ ਹੈਗਾ। ਮੇਰੇ ਨਾਲ ਸੁਰਜੀਤ ਸਿੰਘ ਜੀ ਮਾਵੀ ਅਤੇ ਪਰਮਜੀਤ ਸਿੰਘ ਜੀ ਗਰਚਾ ਭਾਅ ਜੀ ਵੀ ਹੈਗੇ ਆ ਸਾਡੇ ਜਥੇ ਦੇ ਨਾਲ। ਅਸੀਂ ਨਿਕਲ ਪਏ ਹਾਂ ਜੀ ਸਨਸਨੈਟੀ ਜ਼ੂ ਦੇਖਣ ਵਾਸਤੇ ਅਤੇ ਉੱਥੇ ਪਹੁੰਚ ਗਏ ਹਾਂ ਅਤੇ ਆਲੇ ਦੁਆਲੇ ਆ ਲੋਕ ਜਿਹੜੇ ਆ ਇਹ ਚਿੜੀਆਘਰ ਦੇਖਣ ਵਾਸਤੇ ਸਾਰੇ ਤੁਰੇ ਜਾਂਦੇ ਆ ਗੋਰੇ। ਇਹ ਮੇਨ ਦਰਵਾਜ਼ਾ ਜੀ, ਬਹੁਤ ਸੁਹਾਵਣੇ ਫੁੱਲ ਲਾਏ ਆ ਬੜੇ ਪਿਆਰੇ ਪਿਆਰੇ। ਬੜੀ ਵਧੀਆ ਫੁੱਲਾਂ ਦੇ ਨਾਲ ਸਜਾਵਟ ਕੀਤੀ ਆ। ਸਾਰੇ ਲੋਕ ਲਾਈਨਾਂ ਦੇ ਵਿੱਚ ਲੱਗੇ ਆ ਅੰਦਰ ਵੜਨ ਵਾਸਤੇ। ਇਹ ਐਂਟਰੈਂਸ ਹੈਗੀ ਆ ਸਨਸਨੈਟੀ ਜ਼ੂ ਦੀ। ਇੱਥੋਂ ਅਸੀਂ ਹੁਣ ਟਿਕਟ ਲੈਂਦੇ ਹਾਂ, ਟਿਕਟ ਲੈ ਕੇ ਫਿਰ ਅੱਗੇ ਚੱਲਾਂਗੇ। ਗਰਚਾ ਜੀ ਅਤੇ ਮਾਵੀ ਜੀ ਟਿਕਟ ਲੈਣ ਵਾਸਤੇ ਲਾਈਨ 'ਚ ਲੱਗੇ ਆ। ਟਿਕਟ ਸਾਡੇ ਕੋਲ ਆ ਗਈ ਆ ਜੀ ਹੁਣ। ਟਿਕਟ ਚੈੱਕ ਕਰਦੀ ਆ ਬੀਬੀ, ਉਹਨੇ ਚੈੱਕ ਕਰ ਲਈ ਆ ਅਤੇ ਉਹ ਚੱਲਦੇ ਅੰਦਰ ਹੁਣ। ਕਮਾਲ ਕੀਤੀ ਪਈ ਆ, ਫੁੱਲ ਬੜੇ ਪਿਆਰੇ ਪਿਆਰੇ ਲਾਏ ਅੰਦਰ। ਬਹੁਤ ਸਾਰੇ ਲੋਕ ਤੁਰੇ ਫਿਰਦੇ ਆ ਅਤੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਨੇ। ਇੱਥੇ ਦੇਖਦੇ ਹਾਂ ਕੀ ਆ, ਬੜੀ ਦੁਨੀਆ ਇਕੱਠੀ ਹੋਈ। ਲਓ ਜੀ ਜਰਾਫ ਅੱਗੇ,
ਜਰਾਬ ਦਾ ਬੱਚਾ ਲੱਗਦਾ। ਜਰਾਫ ਦੀ ਫੋਟੋਗ੍ਰਾਫੀ ਕਰਨ ਲੱਗਿਆਂ ਕਿ ਬੜੀ ਵੱਡੀ ਪ੍ਰੋਬਲਮ ਆਉਂਦੀ ਹੈ ਵੀ ਜੇ ਨੇੜਿਓਂ ਇਹਦੀ ਵੀਡੀਓ ਜਾਂ ਫੋਟੋ ਲੈਂਦੇ ਹਾਂ ਤਾਂ ਜਾਂ ਇਹਦਾ ਧੜ ਆਉਂਦਾ ਜਾਂ ਇਹਦਾ ਸਿਰ ਆਉਂਦਾ, ਬੜੀ ਪ੍ਰੋਬਲਮ ਆਉਂਦੀ। ਅਤੇ ਦੂਰੋਂ ਹੀ ਇਹਦੀ ਫੋਟੋ ਲਈ ਜਾਵੇ ਤਾਂ ਹੀ ਪੂਰੀ ਆਉਂਦੀ ਹੈ, ਅਤੇ ਨੇੜਿਓਂ ਲੈਣੀ ਬੜੀ ਮੁਸ਼ਕਿਲ ਆ ਫੋਟੋ। ਸਿੰਗਾਪੁਰ ਦੇ ਵਿੱਚ ਵੀ ਇੱਕ ਚਿੜੀਆ ਘਰ ਹੈਗਾ ਵਾ, ਉਹ ਵੀ ਇਸੇ ਤਰ੍ਹਾਂ ਹੀ ਬੜਾ ਵਧੀਆ ਬਣਾਇਆ ਹੈਗਾ। ਉਹਦੇ ਅੰਦਰ ਵੀ ਇਸ ਤਰ੍ਹਾਂ ਬਾਗਬਾਨੀ, ਬੜੇ ਸੋਹਣੇ ਸੋਹਣੇ ਫੁੱਲ ਬੂਟੇ ਆ, ਅਤੇ ਬਹੁਤ ਵਧੀਆ ਮਾਹੌਲ ਹੈਗਾ। ਅਫਰੀਕਾ ਦਾ ਸ਼ੇਰ ਰੱਖਿਆ ਇੱਥੇ, ਗਰਮੀ ਕਾਫੀ ਆ ਤੇ ਗਰਮੀ ਕਰਕੇ ਇੱਧਰ ਉੱਧਰ ਤੁਰਿਆ ਫਿਰਦਾ। ਅੱਗੇ ਹੁਣ ਚੀਤੇ ਵਾਲੀ ਜਗ੍ਹਾ ਆ ਗਈ ਆ ਜੀ, ਡਿਸਕਵਰੀ ਵਾਲੇ ਦੱਸਦੇ ਵੀ ਚੀਤੇ ਦੀ 120 ਕਿਲੋਮੀਟਰ ਰਫਤਾਰ ਹੈਗੀ ਆ ਇੱਕ ਘੰਟੇ ਦੇ ਵਿੱਚ, ਇੰਨੀ ਫਾਸਟ ਭੱਜ ਲੈਂਦਾ। ਦੁਨੀਆ ਦੇ ਵਿੱਚ ਚਾਰ ਲੱਤਾਂ ਵਾਲਾ ਇੱਕੋ ਇੱਕ ਜਾਨਵਰ ਆ ਜਿਹੜਾ 120 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਭੱਜਦਾ, ਚੀਤਾ। ਸਭ ਤੋਂ ਤੇਜ਼ ਭੱਜਣ ਵਾਲਾ ਜਾਨਵਰ ਆ ਚੀਤਾ। ਆ ਲੋਕ ਆਪਣੇ ਨਿਆਣੇ ਪੰਘੂੜਿਆਂ ਦੇ ਸਵਾ ਕੇ ਇੱਥੇ ਲਾਏ ਨਾਲ। ਇੱਲਾਂ ਵੀ ਹੈਗੀਆਂ ਜੀ, ਕਿਸੇ ਵੇਲੇ ਤਾਂ ਪੰਜਾਬ 'ਚ ਵੀ ਬੜੀਆਂ ਹੁੰਦੀਆਂ ਸੀ, ਹੁਣ ਤਾਂ ਮੇਰਾ ਖਿਆਲ ਹੈ ਚਿੜੀਆ ਘਰ 'ਚ ਹੀ ਮਿਲਣਗੀਆਂ। ਇਹ ਚਿੜੀ ਵੀ ਹੈਗੀ ਆ ਜੀ ਇੱਥੇ, ਕਿਉਂਕਿ ਮਾਹੌਲ ਇੱਥੇ ਬੜਾ ਸੋਹਣਾ ਨਾ, ਰੁੱਖ ਫੁੱਲ ਅਤੇ ਬੜੇ ਪਿਆਰੇ ਦਰਖਤ ਹੈਗੇ ਆ, ਅਤੇ ਇੱਥੇ ਇਹੋ ਜਿਹੀਆਂ ਚਿੜੀਆਂ ਵੀ ਬੜੀਆਂ ਪਿਆਰੀਆਂ ਨੇ। ਆ ਵੀ ਜੋਨ ਵੀ ਜਿਹੜੀ ਆ ਇਹਦੀ ਉਮਰ ਵੀ ਜਿਹੜੀ ਆ ਉਹ ਹਜ਼ਾਰਾਂ ਸਾਲ ਹੋ ਜਾਂਦੀ ਹੈ ਕਹਿੰਦੇ ਕੱਛੂ ਦੀ ਉਮਰ। ਰੀਂਗਣ ਵਾਲੇ ਜਾਨਵਰ ਨੇ, ਆ ਸੱਪ ਹੈਗਾ, ਹਰ ਇੱਕ ਜਾਨਵਰ ਨੂੰ ਪਰਮੇਸ਼ਰ ਨੇ ਸੁੰਦਰਤਾ ਦਿੱਤੀ ਹੈਗੀ ਆ, ਬੇਸ਼ੱਕ ਉਹ ਬੰਦੇ ਵਾਸਤੇ ਜ਼ਹਿਰੀਲਾ ਜਾਂ ਮਾਰ। ਇੱਕ ਬੜੀ ਕਮਾਲ ਦੀ ਚੀਜ਼ ਵੇਖੀ ਇੱਥੇ ਵੀ ਹਰ ਜਗ੍ਹਾ 'ਤੇ ਬਹੁਤ ਪਿਆਰੇ ਪਿਆਰੇ ਫੁੱਲ ਲਾਏ ਆ, ਬੜੀ ਕਮਾਲ ਦੀ ਸਜਾਵਟ ਕੀਤੀ ਹੈ।
ਭਾਂਤ ਭਾਂਤ ਦੇ ਬੂਟੇ ਲਾਏ, ਕਮਾਲ ਕੀਤੀ ਵੀ, ਅਤੇ ਕਿੰਨੇ ਪਿਆਰੇ ਬੂਟੇ ਹੈਗੇ ਫੁੱਲਾਂ ਦੇ। ਅਮੈਰੀਕਾ ਦੇ ਵਿੱਚ ਬਾਗਬਾਨੀ ਦੀ ਸਪੈਸ਼ਲ ਪੜ੍ਹਾਈ ਕੀਤੀ ਜਾਂਦੀ ਹੈ, ਅਤੇ ਉਹੀ ਲੋਕ ਜਿਹੜੇ ਅੱਗੇ ਆ ਕੇ ਫਿਰ ਸਾਰੇ ਮੁਲਕ ਦੇ ਵਿੱਚ ਜਿੱਥੇ ਜਿੱਥੇ ਵੀ ਬਾਗਾਂ ਦੇ ਵਿੱਚ ਜਾਂ ਰਾਹਾਂ ਦੇ ਵਿੱਚ ਜਿਹੜੇ ਫੁੱਲ ਲਗਾਏ ਜਾਂਦੇ ਆ, ਉਹ ਸਾਰਾ ਪ੍ਰਬੰਧ ਜਿਹੜਾ ਠੇਕਿਆਂ 'ਤੇ ਦਿੱਤਾ ਜਾਂਦਾ, ਸਪੈਸ਼ਲ ਯੋਗਤਾ ਰੱਖਣ ਵਾਲੇ ਬੰਦੇ ਜਿਹੜੇ ਆ, ਅਤੇ ਉਹ ਇਸ ਤਰ੍ਹਾਂ ਇਹ ਸਜਾਵਟ ਕਰਦੇ, ਫਿਰ ਉਹ ਠੇਕੇ ਲੈਂਦੇ ਹੈਗੇ। ਛੋਟਾ ਜਿਹਾ ਚਿੜੀਆ ਘਰ ਆ, ਪਰ ਅੰਦਰ ਬੜੀ ਸੁਹਾਵਣੀ ਜਗ੍ਹਾ। ਹਰ ਇੱਕ ਪਾਸੇ ਜਿੱਥੇ ਜਾ ਰਹੇ ਹਾਂ ਅਸੀਂ, ਉੱਥੇ ਹੀ ਸਾਰੀ ਜਗ੍ਹਾ ਬੜੇ ਪਿਆਰੇ ਫੁੱਲ ਲਾਏ ਇਹਨਾਂ ਨੇ। ਕਮਾਲ ਕੀਤੀ ਪਈ। ਦੇਖੋ ਕੈਸੇ ਬੂਟੇ ਹੈਗੇ। ਜਿਹੜੇ ਬੰਦਿਆਂ ਨੂੰ ਬਾਗਬਾਨੀ ਦਾ ਸ਼ੌਕ ਹੈਗਾ, ਉਹਨਾਂ ਨੂੰ ਪਤਾ ਵੀ ਇਹ ਬੂਟੇ ਕਿੰਨੇ ਅਮੋਲਕ ਬੂਟੇ ਹੈਗੇ ਆ, ਅਤੇ ਇਹਨਾਂ ਨੂੰ ਲਾਉਣ ਵਾਸਤੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਉਹਨਾਂ ਨੂੰ ਪਤਾ ਹੈਗਾ ਸਾਰਿਆਂ ਨੂੰ। ਹਰ ਮੌਸਮ ਦੇ ਅਲੱਗ ਅਲੱਗ ਫੁੱਲ ਜਿਹੜੇ ਇਸੇ ਤਰ੍ਹਾਂ ਹੀ ਕਿਆਰੀਆਂ 'ਚ ਲਾਉਣੇ ਪੈਂਦੇ ਆ। ਹਰ ਇੱਕ ਪਾਸੇ ਬੜੀ ਮਿਹਨਤ ਕੀਤੀ ਹੈ ਇੱਥੋਂ ਦੇ ਮਾਲੀ ਨੇ। ਬਹੁਤ ਪਿਆਰੇ ਬੂਟੇ ਆ ਦੇਖੋ। ਅਸੀਂ ਹੁਣ ਬਾਹਰ ਚੱਲੇ ਹਾਂ ਅਤੇ ਸਾਡੇ ਨਾਲ ਮੇਰੇ ਮਗਰ ਆ ਤਬਲੇ ਵਾਲਾ ਸਿੰਘ ਅਸੀਸ ਸਿੰਘ ਤੁਰਿਆ ਜਾਂਦਾ, ਅਤੇ ਸਿੰਘ ਕਹਿੰਦਾ ਸੀਗਾ ਭਾਲੂ ਦੇਖਣਾ, ਅਤੇ ਬੜੀ ਨਿਰਾਸ਼ਾ ਹੋਈ ਇਹਨੂੰ, ਕਹਿੰਦਾ ਭਾਲੂ ਨਹੀਂ ਹੈਗਾ ਇੱਥੇ, ਮੈਂ ਭਾਲੂ ਦੇਖਣਾ ਸੀ। ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਸੀ। ਆ ਜਾਓ ਬਾਹਰ ਚੱਲਦੇ ਹਾਂ ਜੀ, ਮੈਂ ਅਗਲਾ ਵਲੋਗ ਜਿਹੜਾ ਜਲਦੀ ਲੈ ਕੇ ਆ ਰਿਹਾ ਤੁਹਾਡੇ ਕੋਲ, ਜਿਹੜਾ ਸਨਸਨੈਟੀ ਦੇ ਵਿੱਚ ਏਅਰਫੋਰਸ ਦਾ ਸਭ ਤੋਂ ਵੱਡਾ ਮਿਊਜ਼ੀਅਮ ਹੈਗਾ, ਅਮੈਰੀਕਾ ਦੇ ਵਿੱਚ ਸਭ ਤੋਂ ਵੱਡਾ ਮਿਊਜ਼ੀਅਮ ਹੈਗਾ, ਉਹ ਏਅਰਫੋਰਸ ਦਾ ਮਿਊਜ਼ੀਅਮ ਜਿਹੜਾ ਤੁਹਾਨੂੰ ਜਲਦੀ ਦਿਖਾਵਾਂਗਾ ਅਗਲੀ ਵੀਡੀਓ 'ਚ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅਸੀਂ ਹੁਣ ਵਾਪਸ ਚੱਲੇ ਹਾਂ ਜੀ, ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਵੀਡੀਓ ਮੇਰੀ ਵਧੀਆ ਲੱਗੀ ਹੋਏਗੀ। ਜੇਕਰ ਆਪ ਜੀ ਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰ ਦਿਓ, ਅਤੇ ਮੇਰਾ ਚੈਨਲ BHS ਖਾਲਸਾ ਜਿਹੜਾ ਸਬਸਕ੍ਰਾਈਬ ਕਰ ਲਿਓ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।